ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਪੰਜਾਬ ਪੁਲਿਸ ਕਾਂਸਟੇਬਲ ਇਹਦੀ ਜੁਲਾਈ 2 ਦੀ ਸ਼ਿਫਟ 1 ਅਤੇ 2 ਉਹਦੇ ਬਾਰੇ ਡਿਸਕਸ਼ਨ ਕਰਾਂਗੇ ਕੀ ਆਇਆ। ਤਾਂ ਗੱਲ ਕਰਦੇ ਹਾਂ ਮੇਨਲੀ ਜਿਹੜੇ ਕੁਸ਼ਚਨ ਆਏ ਆਪਾਂ ਉਹ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਕੁਸ਼ਚਨ ਸੀਗਾ ਸਿੱਖ ਸ਼ਬਦ ਦਾ ਮਤਲਬ ਕੀ ਹੈ, ਠੀਕ ਹੈ ਜੀ। ਦੂਜਾ ਗੁਰੂ ਸਾਹਿਬਾਂ ਦੀ ਬਾਣੀ ਬਾਰੇ ਪੁੱਛਿਆ ਗਿਆ ਸੀਗਾ ਵੀ ਕੋਈ ਬਾਣੀ ਜਿਹੜੀ ਸੀਗੀ ਕਿਹੜੇ ਗੁਰੂ ਸਾਹਿਬ ਦੀ ਹੈ, ਤਾਂ ਇਸ ਕਰਕੇ ਸਾਰੇ ਗੁਰੂ ਸਾਹਿਬਾਂ ਦੀ ਬਾਣੀ ਬਾਰੇ ਚੰਗੀ ਤਰ੍ਹਾਂ ਪੜ੍ਹ ਲਓ ਕਿਹੜੇ ਗੁਰੂ ਸਾਹਿਬ ਨੇ ਕਿਹੜੀ ਬਾਣੀ ਲਿਖੀ ਹੋਈ ਹੈ। ਫਿਰ ਸੀਗਾ ਗੁਰੂ ਕਾ ਮਹਿਲ ਗੁਰਦੁਆਰਾ, ਕਿਹੜੇ ਗੁਰੂ ਸਾਹਿਬ ਨੇ ਬਣਾਇਆ, ਠੀਕ ਹੈ ਜੀ। ਇੱਕ ਇਹ ਆਇਆ ਹੋਇਆ ਸੀਗਾ। ਫਿਰ ਜਿਹੜੀ ਮੈਨ ਅਤੇ ਵੂਮੈਨ ਨੇ ਉਹਨਾਂ ਨੂੰ ਇਕੁਅਲ ਸੈਲਰੀ ਜਿਹੜੀ ਦਿੱਤੀ ਜਾਂਦੀ ਹੈ ਉਹ ਕਿਹੜੇ ਆਰਟੀਕਲ ਦੇ ਵਿੱਚ, ਕਿਹੜਾ ਆਰਟੀਕਲ ਕਹਿੰਦਾ ਵੀ ਇਕੁਅਲ ਸੈਲਰੀ ਦਿੱਤੀ ਜਾਣੀ ਚਾਹੀਦੀ ਹੈ, ਆਰਟੀਕਲ ਕਿਹੜਾ ਆਰਟੀਕਲ ਹੈ, ਇਹ ਪੁੱਛਿਆ ਗਿਆ ਸੀ ਕੁਸ਼ਚਨ। ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ 4 ਤਰ੍ਹਾਂ ਦੀਆਂ ਫੌਜਾਂ ਸੀ, ਵੈਸੇ ਅਫੀਸ਼ਲੀ 3 ਤਰ੍ਹਾਂ ਦੀਆਂ ਨੇ, ਤਾਂ ਉਹਨਾਂ ਨਾਲ ਰਿਲੇਟਡ ਇੱਕ ਕੁਸ਼ਚਨ ਸੀਗਾ ਅਤੇ ਇਹ ਚੰਗੀ ਤਰ੍ਹਾਂ ਪੜ੍ਹ ਲਿਓ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਪੁੱਛਿਆ ਗਿਆ ਸੀਗਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਬਾਰੇ ਚੰਗੀ ਤਰ੍ਹਾਂ ਪੜ੍ਹ ਲਿਓ। ਉਹਨਾਂ ਬਾਰੇ ਕਥਨ ਦਿੱਤੇ ਹੋਏ ਸੀਗੇ ਵੀ 4 ਕਥਨ ਦਿੱਤੇ, ਇਹਨਾਂ ਵਿੱਚੋਂ ਸਹੀ ਕਿਹੜਾ ਹੈ ਇੱਦਾਂ, ਕਿਉਂਕਿ ਹੁਣ ਬੱਚੇ ਨੂੰ ਇੰਨਾ ਤਾਂ ਹੁਣ ਯਾਦ ਹੈ ਨਹੀਂ। ਇੱਕ ਪੁੱਛਿਆ ਗਿਆ ਸੀਗਾ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਮਰਦਾਂ ਦੀ ਸੰਖਿਆ, ਇਹ ਪੁੱਛਿਆ ਗਿਆ ਸੀ, ਠੀਕ ਹੈ ਜੀ। ਇਹ ਮੈਂ ਦੱਸ ਰਿਹਾ ਪਹਿਲੀ ਸ਼ਿਫਟ ਦਾ, 2023 ਅਤੇ 24 ਦੇ ਕਰੰਟ ਅਫੇਅਰ ਸੀਗੇ ਜਿਹੜੇ ਕਿ 8 ਤੋਂ 11। ਮੈਂ ਇਹਨਾਂ ਦੀ ਸਾਰਿਆਂ ਦੀ ਨਾ ਹੁਣ ਮੈਰਾਥਨ ਪਾਊਂਗਾ ਇੱਕ ਇੱਕ ਮਹੀਨੇ ਦੀ ਪੂਰੀ। ਫਿਰ ਇੱਕ ਕੁਸ਼ਚਨ ਆਇਆ ਸੀਗਾ ਦਯਾਨੰਦ ਸਰਸਵਤੀ ਦੇ ਨਾਲ ਰਿਲੇਟਡ, ਠੀਕ ਹੈ ਜੀ। ਇੱਕ ਆਇਆ ਹੋਇਆ ਸੀ ਕੁਸ਼ਚਨ ਬਨਸਪਤੀ ਵਿਗਿਆਨ ਬਾਰੇ, ਇਹ ਤੋਂ ਤੁਹਾਨੂੰ ਆਈਡੀਆ ਲੱਗ ਜੂ ਤਿਆਰੀ ਕਿਵੇਂ ਕਰਨੀ ਆ। ਇੱਕ ਸੀਗਾ ਗੋਬਿੰਦਗੜ੍ਹ ਕਿਲਾ ਕਿਸਨੇ ਬਣਵਾਇਆ ਜਾਂ ਕਿੱਥੇ ਹੈ, ਗੋਬਿੰਦਗੜ੍ਹ ਕਿਲਾ ਇਹਦੇ ਨਾਲ ਰਿਲੇਟਡ ਸੀ, ਇਹਨੂੰ ਪੜ੍ਹ ਲਿਓ ਚੰਗੀ ਤਰ੍ਹਾਂ ਕਿਸਨੇ ਬਣਵਾਇਆ ਜਾਂ ਕਿੱਥੇ ਹੈ। ਅਗਲਾ 2023 ਦਾ ਆਸਟ੍ਰੇਲੀਅਨ ਓਪਨ ਜਿੱਤਣ ਵਾਲਾ ਭਾਰਤੀ ਕਿਹੜਾ ਸੀ, ਇਹ ਕੁਸ਼ਚਨ ਸੀ, ਠੀਕ ਹੈ ਜੀ। ਰੋਹਨ ਬੋਪੰਨਾ ਦਾ ਕੁਸ਼ਚਨ ਸੀ। ਫਿਰ ਆ ਗਿਆ ਜੀ ਵਿੱਚੇ ਹੁਣ ਮਿਕਸ ਹੋ ਗਿਆ ਦੂਜਾ ਵੀ,
ਲੁੱਡੀ ਸ਼ਿਫਟ, ਇੱਕ ਲੁੱਡੀ ਬਾਰੇ ਪੁੱਛਿਆ ਗਿਆ ਸੀ, ਲੁੱਡੀ ਨਾਲ ਰਿਲੇਟਡ ਕੁਐਸਚਨ ਸੀਗਾ। ਫਿਰ DPSP ਬਾਰੇ ਕੁਐਸਚਨ ਸੀਗੇ, ਇਹ ਪੜ੍ਹਿਓ ਚੰਗੀ ਤਰ੍ਹਾਂ। ਧਿਆਨ ਚੰਦ ਅਵਾਰਡ ਪੁੱਛਿਆ ਗਿਆ ਸੀਗਾ ਇੱਕ, ਇਹ ਪੜ੍ਹਿਓ, ਜਿਹੜੇ 2023 ਦੇ ਅਤੇ 23 ਅਤੇ 22 ਦੇ ਧਿਆਨ ਚੰਦ ਅਵਾਰਡ ਕਿਹਨੂੰ ਕਿਹਨੂੰ ਮਿਲਿਆ ਪੜ੍ਹ ਲਓ ਚੰਗੀ ਤਰ੍ਹਾਂ। ਇੱਕ ਆਇਆ ਸੀਗਾ ਵਿਟਾਮਿਨ ਡੀ ਦੀ ਕਮੀ ਕਾਰਨ, ਇਹ ਸਵੇਰ ਵਾਲੀ ਸ਼ਿਫਟ 'ਚ ਆਇਆ ਸੀ, ਵਿਟਾਮਿਨ ਡੀ ਦੀ ਕਮੀ ਕਾਰਨ ਕਿਹੜਾ ਰੋਗ ਹੁੰਦਾ ਹੈ। ਠੀਕ ਹੈ ਜੀ। ਫਿਰ ਆਇਆ ਸੀਗਾ ਜਵਾਹਰ ਲਾਲ ਨਹਿਰੂ ਭਾਰਤੀ ਨੈਸ਼ਨਲ ਕਾਂਗਰਸ ਦੇ ਪ੍ਰਧਾਨ, ਪਹਿਲੀ ਵਾਰ ਪ੍ਰਧਾਨ ਕਦੋਂ ਬਣੇ, ਕਦੋਂ ਬਣੇ ਸੀਗੇ, 1929 'ਚ। 1928 ਦੇ ਵਿੱਚ ਸਾਂਡਰਸ ਨੂੰ ਮਾਰਿਆ ਗਿਆ ਸੀ, ਇਹ ਕੁਐਸਚਨ ਆਇਆ ਸੀ, ਸਾਂਡਰਸ ਨੂੰ ਮਾਰ ਕੇ ਕਿਸ ਦੀ ਮੌਤ ਦਾ ਬਦਲਾ ਲਿਆ ਗਿਆ। ਠੀਕ ਹੈ ਜੀ, ਇੱਕ ਇਹ ਗਿਆ ਕੁਐਸਚਨ। ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ ਕਿੱਥੇ ਹੈ, ਕਿਸਨੇ ਬਣਵਾਇਆ, ਇਹ ਵੀ ਪੜ੍ਹ ਲਿਓ। ਇੱਕ ਪੰਚਾਇਤ ਰਾਜ ਦੇ ਨਾਲ ਰਿਲੇਟਡ ਕੁਐਸਚਨ ਸੀਗੇ, ਦੋ ਪੰਚਾਇਤੀ ਰਾਜ ਨਾਲ। ਇੱਕ 445 B ਇਹ ਪੁੱਛਿਆ ਗਿਆ ਸੀ। ਯੂਨੈਸਕੋ ਦੀਆਂ ਸਾਈਟਾਂ ਚੰਗੀ ਤਰ੍ਹਾਂ ਪੜ੍ਹ ਲਿਓ, ਕਿਹੜੀਆਂ ਕਿਹੜੀਆਂ ਸੀਗੀਆਂ 2021, 22, 23 ਅਤੇ 24, ਕਿਹਨੂੰ ਕਿਹਨੂੰ ਹੈਰੀਟੇਜ ਦਾ ਉਹਨਾਂ ਨੇ ਦਰਜਾ ਦਿੱਤਾ ਹੈ। ਬਾਕੀ ਜੇ ਗੱਲ ਕਰੀਏ ਮੈਥ ਰੀਜਨਿੰਗ, ਉਹ ਸੇਮ ਹੀ ਆ ਰਹੀ ਹੈ, ਤਾਂ ਉਹਦੀ ਕੋਈ ਦਿੱਕਤ ਹੈ ਨਹੀਂ। ਮੇਨਲੀ ਇਹ ਹੈ ਕੁਐਸਚਨ, ਇਹਨਾਂ ਨੂੰ ਚੰਗੀ ਤਰ੍ਹਾਂ ਦੇਖਿਓ, ਅਤੇ ਜਦੋਂ ਇਹ ਸ਼ਿਫਟਾਂ 'ਤੇ ਥੋੜ੍ਹੀ ਜਿਹੀ ਬ੍ਰੇਕ ਲੱਗੂਗੀ, ਮਤਲਬ ਪਹਿਲੀ ਗੈਪ ਪਊਗਾ, ਉਸ ਤੋਂ ਬਾਅਦ ਆਪਾਂ ਪੂਰੇ ਜਿਹੜੇ ਕਹਿ ਲਓ ਹਫ਼ਤੇ ਦੇ ਪੇਪਰਾਂ ਦਾ ਨਿਚੋੜ ਕੱਢ ਕੇ ਸਾਰੀ ਜਿਹੜੀ GK ਇਕੱਠੀ ਪਾਵਾਂਗੇ। ਜਾਣਕਾਰੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਸਭ ਤੋਂ ਪਹਿਲਾਂ ਕਰਿਓ, ਬੈਲ ਆਈਕਨ ਦਬਾਇਓ, ਤਾਂ ਜੋ ਤੁਹਾਨੂੰ ਹਰੇਕ ਜਾਣਕਾਰੀ ਮਿਲ ਸਕੇ। ਧੰਨਵਾਦ।